ਸਾਸਤਰੀ ਗੱਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਕਾ ਕਰ ਰਿਆ ਨਿੱਗਾ ਸਵਾਗਤ ਅੱਜ ਕੀਆਂ ਬੜੀਆਂ ਖਬਰਾਂ ਥਾਰੇ ਗੱਲ ਮੈਂ ਕਰ ਰਿਆ ਸਾਂਝੀਆਂ ਔਰ ਜਿਸਕੇ ਵਿੱਚ ਮੈਂ ਵੀਰ ਤੁਹਾਨੂੰ ਮੈਂ ਦੱਸਾਂ ਵੀ ਅਕਾਲੀ ਦਲ ਨੇ ਯੋ ਕਿਸਾਨਾਂ ਕੇ ਯੋ ਕਾਨੂੰਨ ਜਿਹੜੇ ਬਣਾਏ ਇਨਕੇ ਖਿਲਾਫ ਕੱਲ ਸੰਸਦ ਭਵਨ ਕੇ ਵਿੱਚ ਮੈਂ ਵਿਰੋਧ ਕਰਿਆ आरबीर यो बीबी आर सिमरत कौर बादल की बात करा यो सुखबीर बादल की धर्म पत्नी आर ईशनु कल पत्र करके इरका खड़ गए आर बीबी बादल ने फिर यो बहुत बाता सुनाईया आ रहीयो बाता सुनखा मेरी तो हासी नहीं रुक रही बेतक इक कहावत बहुत बढ़िया कह यो हाथी के दंत दिखाने के और खाने के और यो कहावत आजकल ਕਈ ਪਾਰਟੀਆਂ ਦੇ ਉੱਪਰ ਫਿੱਟ ਬੈਠ ਰਹੀ ਜਿਸ ਦੇ ਵਿੱਚ ਮੈਂ ਸ਼ਰੋਮਣੀ ਅਕਾਲੀ ਦਲ ਦਾ ਨਾਮ ਸਭ ਤੋਂ ਉੱਪਰ। ਇਹ ਉਹ ਕੋਇਲੋ ਵੀਰ ਸੁਖਵੀਰ ਬਾਦਲ ਦੀ ਗੱਲ ਕਰਾਂ ਪਿਛਲੀ ਪਿਛਲੇ ਸਾਲ ਦੀ ਜਦੋਂ ਇਹ ਕਾਨੂੰਨ ਬਣਿਆ ਬਣਿਆ ਦਾ। ਅਰ ਇਹਨਾਂ ਨੇ ਕਾਨੂੰਨ ਦਾ ਵਿਰੋਧ ਕਰਿਆ ਤਾਂ ਪਾਰਟੀ ਛੱਡੀ ਦੀ, ਗੱਠ ਜੋੜ ਪੰਨਿਆ ਤਾਂ। ਤੁਹਾਨੂੰ ਯਾਦ ਹੋਣਾ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਸੁਖਵੀਰ ਬਾਦਲ। ਯੋ ਬੀਰ ਹੱਥ માં ਇੱਕ ਤਖਤੀ ਫਾੜ ਕਾ ਨਾ ਜਿਸਕੇ ਪੱਲੀਆ ਕਾਲੇ ਕਾਨੂੰਨ ਮਾਫ ਕਰੋ ਮੀਡੀਆ ਵਾਲੇ ਖੜੇ ਜਾਤੋਂ ਫੋਟੋਆਂ ਲੋਹਾਰਿਆ ਬੀਰ ਪੂਰੀਆਂ ਔਰ ਜਦ ਕਹ ਤੌਮਰ ਆਇਆ ਔਰ ਕਹ ਜੀ ਇਸਨੇ ਯੋ ਫੱਟੀ ਲਕੋਲੀ ਕਹਾ ਯੋ ਬਾਤਾਂ ਉੱਥਾ ਸੁਣਨ ਨੂੰ ਮਿਲੀਆਂ ਦੀਆਂ ਔਰ ਦੱਸ ਯੋ ਮੀਡੀਆ ਵਾਲਿਆਂ ਕੀ ਸਮਝਬਾ ਨਹੀਂ ਆਂਦੀ ਵੀ ਕਾਲੀ ਦਲ ਵਾਲਿਆਂ ਨੂੰ ਸਵਾਲ ਕਿਤਰਾ ਕੇ ਪੁੱਛ ਰਹੇ ਦੱਸ पहला जब गठजोड़ तो इनका वीडियो अभी तक सारे देखा बीर इसके बिचा बापू प्रकाश बादल ने यो बिल सही दसे सुखबीर बादल ने यो बिल बिल्कुल सही दसे बीबी हरसिमरत कौर बादल ने बिल्कुल बिल बिल्कुल सही दसे फिर जब पै गया रौला फिर कह रहे जी कहा बिल गलत ठीक नहीं बिल जो गलत और फिर इन्होंने गठजोड़ भी भन्न लिया और सेंटर की कुर्सी भी छत्ती ਦੱਸ ਇਹ ਬਾ ਇਹ ਕੋਈ ਬਾਤ ਥੋੜੀ ਬਣਾ ਵੀਰ ਲੋਕ ਤੋਂ ਬਹੁਤ ਸਮਝਦਾਰ ਹੋ ਗਏ ਇਹ ਬਾ ਪੁਰਾਣੇ ਟਾਈਮ ਵਾਲਾ ਟਾਈਮ ਗਿਆ ਵੀਰ ਇਹ ਬਾ ਤੋਂ ਹਰੇਕ ਬੰਦੇ ਦੇ ਹੱਥ ਮਾ ਟੈਲੀਫੋਨ ਮੋਬਾਈਲ ਔਰ ਵੀਡੀਓ ਮਿੰਟ ਮਾ ਬੈਰਲ ਹੋ ਜਾ ਔਰ ਕੋਈ ਇਹ ਪਾਰਟੀ ਦਾ ਲੀਡਰ ਆਪਣੇ ਮੂੰਹ ਤੇ ਇੱਕ ਸ਼ਬਦ ਕੱਢੇ ਤਾਂ ਸਹੀ ਔਰ ਅੱਜ ਕੱਲ ਅਕਾਲੀ ਦਲ ਦੇ ਪੇਜ ਦੇ ਉੱਪਰ ਆਮ ਆਦਮੀ ਪਾਰਟੀ ਦੀ ਭੰਡੀ ਪੂਰੀ ਚੱਲ ਰਹੀ ਕਾਂਗਰਸ ਦੀ ਪੂਰੀ ਚੱਲ ਰਹੀ ਕਿਉਂਕਿ ਇਹਨਾਂ ਦੇ ਵਿਰੋਧੀ ਜਿੱਤਣੇ ਅਗਲੇ ਨੇ ਵੋਟਾਂ ਜਿੱਤਣੀਆਂ ਔਰ ਯੋ ਬਾਦ ਪੱਕੀ ਜਿੱਤਣਗਾ ਯੋ ਕੇਜਰੀਵਾਲ ਦਿੱਲੀ ਤੇ ਆ ਕੌਰਾ ਯੋ ਐਲਾਨ ਕਰ ਕਾ ਗਿਆ ਨਾ ਉਦਣਗਾ ਕਹਿ ਲਿਓ ਵੀਰੇ ਤਿੰਨ ਚਾਰ ਪਾਰਟੀਆਂ ਨੂੰ ਦੋ ਵੀਰੇ ਸਮਝੇ ਨਹੀਂ ਆ ਰਹੀ ਵੀ ਕਰਾਂ ਤਾਂ ਕਰਾਂ ਕਿਆ ਔਰ ਲੋਕ ਕਹਿ ਲਿਓ ਵੀਰੇ ਫੋਟੋ ਬਣਾਵਣਾ ਕਾ ਪਾ ਹਾਂ ਵੀ ਕਿਸ ਨੂੰ ਅੱਗਾ ਕਰਨਾ ਕਿਸ ਨੂੰ ਅੱਗਾ ਕਰਨਾ ਆਰ ਯੋ ਕੈਲੋ ਵੀਰ ਯੋ ਕਿਸਾਨਾਂ ਨੇ ਵੀ ਕਹਤੇ ਆ ਦਾ ਕਹਾ ਬਈ ਜਿਹੜਾ ਮਾਰੇ ਬੀਲਾਂ ਦੀ ਬਾਤ ਕਰੇਗਾ ਮਾਨਸੂਨ ਸੈਸ਼ਨ ਦੇ ਵਿੱਚ ਉਸਕਾ ਉਸਕੇ ਬਾਰੇ ਮੈਂ ਸੋਚेंगे ਆਰ ਵੀਰ ਹਜ ਅਖਲੀਦਲ ਵਾਲੇ ਵੀ ਪਾਰੇ ਤੇ ਰੌਲਾ ਯੋ ਚੰਡਾ ਵੀ ਪਾਰੇ ਆ ਆਮ ਆਦਮੀ ਵਾਲਾ ਰੌਲਾ ਆਰ ਕਾਂਗਰਸ ਕਾ ਮਨੀਸ਼ ਤਬਾੜੀ ਯੋ ਯੋ ਵੀ ਰੌਲਾ ਪਾ ਰਿਆ ਦਾ ਮਤਲਬ ਕਹਿ ਲਓ ਵੀਰ ਸਾਰੇ ਕੋਸ਼ਿਸ਼ਾਂ ਤੋਂ ਕਰ ਰਹੇ ਵੀ ਚਲੋ ਜੇ ਅਗਾ 30 ਮਿੰਟ ਤੱਕ ਵੋਟਾਂ ਪੈਣੀਆਂ ਜੇ 2-4 ਵੋਟਾਂ ਪੈ ਵੀ ਗਈਆਂ ਫਿਰ ਇਹ ਲਾਹੇ ਗਿਆ ਹਵਾਂ ਬੋਰਡ ਤੋਂ ਇੱਕੇ ਵੀ ਜਤਾਦਾ ਮੰਤਰੀ ਨੂੰ ਇਸ ਕਾਰ ਕਾ ਵੀਰ ਬੀਬੀ ਬਾਦਲ ਨੇ ਪੁਰਜੋਰ ਵਿਰੋਧ ਕਰਿਆ ਇਸ ਬਿੱਲ ਕਾ ਆਰ ਖੇਤੀ ਬਿੱਲ ਨੂੰ ਵਾਪਸ ਕਰੋ ਨਹੀਂ ਸੰਸਦ ਵਿੱਚ ਹੰਗਾਮਾ ਕਹਿ ਰਹੇ ਵੀ ਚੱਲਦਾ ਰਹੇਗਾ ਆਰ ਉਧਰ ਇਹ ਸ਼੍ਰੋਮਣੀ ਅਕਾਲੀ ਦਲ ਕੀ ਜੋੜੀ ਵੀ ਖਬਰ ਹੋਰ ਸੁਣ ਲਿਓ ਫਿਰ ਸਿੱਧੂ ਬਾ ਚਲਾ ਮੋਦੀ ਨੇ ਸਰਬ ਪਾਰਟੀ ਦੀ ਮੀਟਿੰਗ ਸੱਦੀ ਆਰ ਸ਼ਰੋਮਣੀ ਅਕਾਲੀ ਦਲ ਨੇ ਸਖਾ ਬਾਈਕਾਟ ਕਰਤੀਆ ਦੱਸ ਯੋ ਪਹਿਲਾ ਸਾਈਨ ਯੋ ਕਰਤੇ ਇਬ ਯੋ ਕਾਇਲੋ ਵੀ ਡਰਾਮੇ ਕਰ ਰਹੇ ਵੀਰ ਪਹਿਲਾ ਸਾਈਨ ਕਰੇ ਤੇ ਕਹੇ ਮੈਂ ਤਾਂ ਦੱਸੀ ਨਹੀਂ ਗੱਲ ਤਾਂ ਸਾਈਨ ਕਰਾ ਲੇ ਫਲਾਣਾ ਕਰਾ ਲਈ ਉਹ ਗੱਲਾਂ ਥੋੜੀਆਂ ਮਾ ਕੋਈ ਨਿਆਣੇ ਥੋੜੀ ਵੀਰ ਹੈ ਇਬ ਥਾਨਾ ਉਥਾ ਬਾਈਕਾਟ ਕਰਤੇ ਆ ਦੱਸੋ ਇਸ ਕਾ ਲੋਕਾਂ ਨੂੰ ਕੀ ਫਾਇਦਾ ਹੋਇਆ ਕੋਈ ਫਾਇਦਾ ਹੋਇਆ ਯੋ ਥਾਰਾ ਕੋਈ ਫਾਇਦਾ ਹੋਇਆ ਬਾਈਕਟ ਕਰਨੇ ਦਾ ਮਤਲਬ ਹੀ ਥਾ ਮੀਟਿੰਗ ਮਾ ਗਏ ਹੀ ਨਹੀਂ ਜੇ ਥਾ ਮੁਥਾ ਮੀਟਿੰਗ ਮਾ ਜਾਂਦੇ ਉੱਥਾ ਜਾਗਾ ਯੋ ਆਪਣਾ ਸਟੈਂਡ ਰੱਖਦੇ ਸਾਰੇ ਮੰਤਰੀ ਸੰਤਰੀ ਦੇਖਦੇ ਵੀ ਹਾਂ ਭਾਈ ਅਕਾਲੀਵਾਲੇ ਤਾਂ ਬਹੁਤ ਵਿਰੋਧ ਕਰ ਰਹੇ ਸਟੈਂਡ ਰੱਖਦੇ ਲੋਕਾਂ ਨੂੰ ਪਤਾ ਲੱਗਦਾ ਵੀ ਬਾਈ ਉੱਥਾ ਗਏ ਤੇ ਯੋ ਮੀਟਿੰਗ ਮਾ ਅਗਲੇ ਨੇ ਬਾਈਕਾਟ ਕਰਿਆ ਇਹ ਬਾਈਕਾਟ ਕਰਨਾ ਯੋ ਕਿਹੜਾ ਤਨਖਾਹ ਕਟਾ ਵੀਰ ਜੇ ਬਾਈਕਾਟ ਕਰਾਂ ਇਨਕੇ ਜਿਹੜਾ ਤਨਖਾਹ ਕੱਟਾ ਜੇ ਤਨਖਾਹ ਕੱਟਦੀ ਹੁੰਦੀ ਫੇਰ ਬਾਈਕਾਟ ਕਰ ਕਾ ਦਿਖਾਉਂਦੇ ਇਹ ਤਨਖਾਹ ਅਗਲੇ ਕੱਟਦੀ ਨਹੀਂ ਨਜ਼ਾਰੇ ਨਾਲ ਨਜ਼ਾਰੇ ਲੁੱਟਰੇ ਇਹ ਸੜਕਾਂ 'ਵਖੜਗਾ ਯੂ ਸਿਆਮ ਨੂੰ ਪੱਤਰਕਾਰ ਚਾਰ ਬਲਾਗ ਵਾਲੇ ਪਾਸੇ ਦੇ ਦਿਆਂ ਗੱਲਾਂ ਸੁਣਾ ਦਿਆਂ ਹਰ ਬਾਕੀ ਉਹ ਵੀ ਕਰਿਆ ਵੀ ਚੰਗਾ ਕਰਿਆ ਯੂਥਾ ਮੀਟਿੰਗਾਂ 'ਵਾਂ ਗਏ ਵੀ ਨਹੀਂ ਉਹ ਵੀ ਬਾਤ ਹੈ ਫਿਰ ਇਹ ਬੁਥਾ ਮੀਟਿੰਗਾਂ 'ਵਾਂ ਚਲੇ ਜਾਂਦੇ ਅੰਦਰ ਅਗਲੇ ਯੋ ਟੈਲੀਵਿਜ਼ਨ 'ਕੇ ਉੱਪਰ ਬਾਪੂ ਪ੍ਰਕਾਸ਼ ਬਾਦਲ 'ਕੀ ਵੀਡੀਓ ਚਲਾ ਦਿੰਦੇ ਸਖਬੀਰ ਬਾਦਲ ਦੀ ਵੀਡੀਓ ਚਲਾ ਦਿੰਦੇ ਬੀਬੀ ਹਰਸਿੰਦਰ ਕੋ ਬਦਲ ਦੀ ਵੀਡੀਓ ਚਲਾ ਦਿੰਦੇ ਫੇਰ ਵੀ ਕਿੱਧਰ ਨੂੰ ਜਾਂਦੇ ਆਗਲੇ ਕਿਉਂਕਿ ਆਰਡੀਨੈਂਸ ਬਾਜਾ ਤਾਂ ਸਾਈਨ ਕਰੇ ਦੇ ਜੱਤ ਹੋਈ ਨਾ ਨੇ ਬਥੇਰਾ ਕਿ ਆ ਕਿਸਾਨਾਂ ਨੂੰ ਵੀ ਉਹ ਤਾਂ ਬਹੁਤ ਚੰਗੇ ਬੀਲ ਆ ਫੇਰ ਫੇਰ ਕਿਸੇ ਪਾਸੇ ਨੂੰ ਹੈ ਤਾਂ ਰਾਹ ਵੀਰ ਅਗਲੇ ਨੂੰ ਹੋਰ ਸਿਆਪਾ ਹੋ ਜਣਾ ਦਾ اسی ਕਰਕੇ ਅਗਲੇ ਗਏ ਆ ਰੁੱਦਰ ਵੀਰ ਐਸ்சிਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੀ ਉਹ ਪ੍ਰਧਾਨ ਬੀਬੀ ਜਗੀਰ ਕੌਰ ਕੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਤਾਂ ਯੋ ਕੈਲੋ ਵੀਰਾ ਬੀਬੀ ਜਗੀਰ ਕੌਰ ਕੀ ਮਾਨਸਿਕਤਾ ਦੇਖ ਕੇ ਨਾ ਮੰਨੂ ਤੋਂ ਬੜੀ ਹੈਰਾਨੀ ਹੋਈ ਵੀਰਾ ਬੀਬੀ ਜਗੀਰ ਕੌਰ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੜਾਸ ਕੱਢੀ ਰੱਜਗਾ ਸਿੱਧੂ ਕੀ ਕਰਤੂਤਾ ਕਹੇ ਸਾਰੀ ਦੁਨੀਆ ਜਾਣਾਂ ਵੀ ਸਿੱਧੂ ਕਿਸ ਕਰਤੂਤਕਾ ਮਾਲਕ ਆਰ ਵੀਰਾ ਯੋ ਕੈਲੋ ਵੀਰਾ ਬਹੁਤ ਗੱਲਾਂ ਸੁਣਨੇ ਵਾਲੀਆਂ ᱛਿਆਂ ਬੀਬੀ ਗਿਆ ਆਰ ਬਾਕੀ ਦੂਸਰੀ ਗੱਲ ਯੋ ਵੀਰ ਬਈ 1 MP 1 CM ਇਸ ਦੇ ਉੱਪਰ ਗੱਲਬਾਤ ਚੱਲ ਰਹੀ ਕਿ ਕਾ ਚਾਰ ਸਿੱਧੂ ਵੇਲੇ ਪ੍ਰਧਾਨ ਲਾਤੇ ਕਾ ਪਾਰਟੀ ਵਾਲਿਆਂ ਤਬਾ ਰਹੇ ਹੈ ਨਹੀਂ ਇਸ ਦੇ ਉੱਪਰ ਹਰ ਬੀਬੀ ਨੂੰ ਪੁੱਛਿਆ ਕੋਈ ਵੀ ਜਿਤਰਾ ਥਾਰਾ ਸਖਵੀਰ ਬਾਦਲ ਇੱਕ ਯੋ ਕਹ ਲੋ ਵੀ CM ਦਾ ਉਮੀਦਵਾਰਾ ਫੇਰ ਥਾ ਮੈਂ ਦੋ ਡਿਪਟੀ ਸੀਐਮ ਕਿਉਂ ਲਾਰੇ ਥਾਨੂੰ ਕਿਆ ਸਖਵੀਰ ਬਾਦਲ ਬਤਵਾ ਰਹੇ ਨਹੀਂ ਭਈ ਜੇ ਸੁਖਵੀਰ ਬਾਦਲ ਨੇ ਸਹੀ ਫੈਸਲਾ ਲਾ ਲਿਆ ਵੀ ਚਲੋ ਪਿੱਛਾ ਦੋ ਇੱਕ ਦਲਿਤ ਇੱਕ ਹਿੰਦੂ ਚਿਹਰਾ ਹੋਵੇਗਾ ਇਹਨਾਂ ਨੂੰ ਅੱਗਾ ਕਰ ਲੰਗੇ ਹੈ ਜੇ ਇੱਕ ਸੀਐਮ ਹੈ ਫਿਰ ਦੋ ਟਿਪਟੀ ਸੀਐਮ ਲਾਣੇ ਦਾ ਕੀ ਮਤਲਬ ਬਾਪੂ ਪ੍ਰਕਾਸ਼ ਬਾਦਲ ਨੇ ਤੋਂ ਲਾਏ ਨਹੀਂ ਇਹ ਜੇ ਕਾਂਗਰਸ ਵਾਲ ਨੇ ਚਾਰ ਐਕਟਿੰਗ ਪ੍ਰਧਾਨ ਲਾ ਵੀ ਦਏ ਦੱਸ ਕੀ ਹੋ ਗਿਆ ਵੀਰੇ ਇਤਨਾ ਮਜ਼ਾਕ ੜਾ ਰਹੇ ਥਮ ਕੱਲ ਨੂੰ ਮਾਰੋ ਬੀਬੀ ਜੀ ਥਮ ਸਿੱਖਾਂ ਕਿ ਇੱਕ ਸਰਬ ਉੱਚ ਸੰਸਥਾ ਕੇ ਪ੍ਰਧਾਨ ਜਿਸ ਕੇ ਮੂੰਪਾ ਇਹ ਇਤਰਾਹ ਕੀ ਬਾਤਾਂ ਇਤਰਾਹ ਕੀ ਸ਼ਬਦਾਬਲੀ ਸੋਪਦੀ ਨਹੀਂ ਔਰ ਜਿਸ ਅਹੁਦੇ ਦਾ ਇਨਸਾਨ ਕਾ ਨਹੀਂ ਜਿਸ ਅਹੁਦੇ ਕਾ ਸਿੱਖ ਬਹੁਤ ਸਤਕਾਰ ਕਰਾ ਉਸ ਉੱਚ ਸੰਸਥਾ ਕੇ தாம் ਪ੍ਰਧਾਨ ਅਥਾਨੇ ਕਹਿ ਲੈਣਾ தாம் ਮੋਜ ਕੇ ਲੈ ਆਪਣਾ ਕਰੋ ਸ਼੍ਰੋਮਣੀ ਅਕਾਲੀ ਦਲ ਕੀ ਜੈ ਜੈਕਾਰ ਕਾਂਗਰਸ ਵਾਲੇ ਕਿੱਧਰ ਜਾ ਰਹੇ ਕਿੱਧਰ ਜਾ ਰਹੇ ਜਾਣ ਦਿਓ ਬਾਕੀ ਯੋਵਾ ਦੇ ਪੱਕੀ ਵਿਰੋਧੀ ਕਰੇ ਬੀਬੀ ਨੂੰ ਕਹੇ ਬੀਬੀ ਤਾਉ ਵੀ ਆਪਣੇ ਪੀੜੇ ਤਾਲੇ ਸੋਟਾ ਫੇਰ ਕੇ ਦੇਖ ਵੀ ਥਨੈ ਯੋ ਜੜੀਆਂ ਸਿੱਧੂ ਗਿਆ ਕਰਤੂਤਾਂ ਦਸੀਆਂ ਵੀ ਦੁਨੀਆ ਜਾਣਾਂ ਵੀ ਥੰਭੀ ਆਪਣਾ ਦੱਸੋ ਗੁਸ ਪਰ ਮੈਂ ਤੋ ਯੋ ਖਾਂ ਬੀ ਬੀ ਜ਼ਗੀਰਕਾਰ ਨੂੰ ਜਿਸ ਅਹੁਦੇ ਪਾ ਯੋ ਅੱਜ ਬਰਾਜਮਾਨ ਇਸ ਸਾਦੇ ਬਾ ਬੇਕਾਰ ਰਾਜਨੀਤੀ ਕਰਨੀ ਤੋਂ ਇਨਕੇ ਮੂੰਹ ਪਾ ਸੋਬਦੀ ਨਹੀਂ ਕਿਉਂਕਿ ਸਿੱਖਾਂ ਕੀ ਬਹੁਤ ਪਵਿੱਤਰ ਸੰਸਥਾਗੇ ਪ੍ਰਧਾਨ ਜੋ ਅਰਬੀ ਦੇ ਉਦਰਾ ਮੈਂ 2 3 5 7 ਪ੍ਰੋਗਰਾਮ ਪਹਿਲਾਂ ਇੱਕ ਥਾਰੇ ਗੱਲ ਬਿਆਨਬਾਜ਼ੀ ਕਰੀ ਤੀ ਮੈਂ ਕਿਹਾਤਾ ਵੀ ਜੇ ਇਹ ਆਮ ਆਦਮੀ ਪਾਰਟੀ ਵਾਲੇ ਚੰਡੇ ਨੂੰ ਜੇ ਮਤਲਬ ਯੋ ਸੀਐਮ ਦਾ ਉਮੀਦਵਾਰ ਬਣਾ ਕੇ ਇਸ ਨੂੰ ਜਿਤਾ ਦਿਆਂ ਮੰਨ ਲੋ ਯੋ ਸੀਐਮ ਬਣ ਗਿਆ ਫਿਰ ਲੋਕਾਂ ਨੇ ਜਿਹੜੇ ਧਰਨੇ ਪਹਿਲਾ ਲੋਕ ਦਇਆ ਕਰਤੇ ਬਠਿੰਡੇ ਕੇ ਲੰਬੀ ਮਜਾਕਾ ਫੇਰ ਲਾਗੇ ਲੋਕ ਪਟਿਆਲੇ ਆ ਰਸੀਸਮਾ ਕਾ ਫੇਰ ਜੇ ਜਿੱਤ ਗਿਆ ਫੇਰ ਸੰਗਰੂਰ ਕੇ ਸਤੋਜਮਾ ਅਰ ਸੰਗਰੂਰ ਕੇ ਵਿਚਵਾ ਭਗਵੰਤ ਮਾਨਗੇ ਕੋਠੀਏ ਘਰ ਕਕਰਾਓ ਕਰਨਗੇ ਅਰ ਜੋ ਹੀ ਕੰਮ ਹੋਇਆ ਵੀਰ ਸੰਗਰੂਰ ਕੇ ਵਿਚਵਾ ਬਸ ਪਾਲੇ ਭਗਵੰਤਵਾਨ ਕੀ ਕੋਠੀ ਕਾ ਘਰਾਓ ਕਰਨ ਚਲੇਗੇ ਲੈ ਦਸ ਭਗਵੰਤ ਮਾਨ ਤੋਂ ਹਲੇ ਪੰਜਾਬ ਦੀ ਸਿਆਸਤ ਮਾ ਨਾ 3ਵਾਂ ਮਾ 13ਵਾਂ ਸੁਪਰੀਂਦਰਾ ਮਾ ਨਾ ਸੁਪੇਰਾ ਮਾ ਯੋ ਤੇ ਐਂਪੀ ਹਲੇ ਪੰਜਾਬ ਗੈਲ ਤੋਂ ਚਲੋ ਕਹਿ ਲਿਓ ਹਲੇ ਇਸ ਦਾ ਰਿਸ਼ਤਾ ਬਣਿਆ ਹੀ ਨਹੀਂ ਹਲੇ ਤੋਂ ਯੋ ਦਿੱਲੀ ਜਾ ਕੇ ਬੋਲਾ ਔਰ ਜੇ ਬੀਬੀ ਅਨਮੋਲ ਗगन ਮਾਨ ਬੋਲੀ ਸਬਦਾਨੂ ਲੈ ਕਾ ਫੇਰ ਭਗਵੰਤ ਮਾਨ ਕੇ ਕਰਾਂ ਮੀ ਤਰਨਾ ਦੇਣੇਗਾ ਕੋਈ ਤੁੱਕ ਬਣਦਾ ਨਹੀਂ ਚਲੋ ਇਲੈਕਸ਼ਨ ਇਲੈਕਸ਼ਨ ਮਾਰੇ ਇੱਕ ਬੰਦਾ ਉਹ ਕੋਸ਼ਿਸ਼ ਤੋਂ ਕਰਾ ਵੀ ਵੀ ਜਿੱਥਾ ਕਿਸੇ ਗੱਲ ਲਗਾ ਸੂਤ ਅਗਲਾ ਜਾਗਾ ਤਰਨਾ ਦੇਹਾ ਹਰ ਉੱਥਾ ਗਏ ਤੇ ਸਾਰੇ ਆਰੇਬ ਨਵਜੋਤ ਸਿੱਧੂ ਦੀ ਬਾਤ ਕਰਾ ਨਵਜੋਤ ਸਿੱਧੂ ਪ੍ਰਧਾਨ ਬਣ ਗਿਆ ਪ੍ਰਧਾਨ ਬਣ ਤੇ ਬਾਅਦ ਜਿੱਥਾ ਬੜੇ ਬੜੇ ਮੰਤਰੀ ਸੰਤਰੀ ਰਾਜੇ ਕੇ ਐਨਟੀ ਵੀ ਯੋ ਕਹਿ ਲੋ ਵੀਰ ਇਹ ਸਿੱਧੂ ਦੀ ਜਗਾ ਜਾ ਜਾ ਕਾਰ ਕਰ ਰਿਉ ਫਾਈ ਚਰਨਜੀਤ ਚੰਨੀ ਇਸ ਨੇ ਬੜਕ ਮਾਰਤੀ ਆਰ ਕਰਿਆ ਮਨ ਨੂੰ ਬਹੁਤ ਦਬਾ ਲਿਆ ਕਾ ਨੀਜੀ ਬੱਸਾਂ ਹੋਮੇਂਗੀਆਂ ਬੰਦ ਆ ਨਿੱਜੀ ਬੱਸਾਂ ਬੰਦ ਹੋਵेंगी ਜੋ ਕਹਿ ਲੋ ਇਹ ਵੀ ਇੰਕੀਆਂ ਚੱਲਣਗੀਆਂ ਫਿਰ ਜੇ ਨਿੱਜੀ ਬੱਸ ਬੰਦ ਹੋਵੇਗੀ ਕਿਉਂਕਿ ਲੋਕਾਂ ਕਹਤੋ ਜੋ ਕਹਿਣਾ ਵੀ ਇਹ ਜਿੰਨੀਆਂ ਬੱਸਾਂ ਚੱਲ ਰਹੀਆਂ ਕਾਲੀ ਦਲ ਗਿਆ ਚੱਲ ਰਹੀਆਂ ਮੇਰੇ ਕਾਲੀ ਦਲ ਗਿਆ ਚੱਲ ਰਹੀਆਂ ਫਿਰ ਤੋਂ ਵੀ ਕਾਂਗਰਸ ਵਾਲੇ ਨਹੀਂ ਚੱਲਣਗੀਆਂ ਜੋ ਬਾਤ ਕਹਿ ਸਕਾ ਰੋਡਵੇਜ ਕਹਤੋ ਹਾਲ ਸਾਨੂੰ ਪਤਾ ਹੀ ਵੀਰ ਰੋਡਵੇ ਤੇ ਵਿਚਾਰੀ ਉਹ ਪਹਿਲੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਫਰੀ ਕਰਤੀ ਕਾ ਵੀਰ ਮੇ ਜਿਹੜੇ ਦੋ ਚਾਰ ਟਾਇਰ ਮਹੀਨੇ ਬਾਅਦ ਬੱਸਾਂ ਕੇ ਪਵਾ ਪੀ ਦਾਂ ਵੀ ਟਾਇਰ ਵੀ ਰਹਿਣ ਦਿਓ ਕਿਉਂਕਿ ਵੀਰੇ ਕਰਾਇਆ ਦੇਣਾ ਨਹੀਂ ਕਿਸੇ ਨੇ ਸਰਕਾਰੀ ਖਜ਼ਾਨੇ ਮਾ ਤੇ ਪੈਸਾ ਜਾ ਰਿਹਾ ਸਰਕਾਰੀ ਖਜ਼ਾਨੇ ਮੇ ਪੈਸਾ ਆਣਾ ਕਿੱਥੇ ਦੇ ਆਮ ਲੋਕਾਂ ਕੇ ਜੇਬਾਂ ਮਾ ਤੇ ਇਸ ਕਰ ਗਾਗਲੇ ਤੋਂ ਮੂੰਹੇ ਹਲਾਣਾ ਬਈ ਕਰ ਦਿਓ ਬਾਕੀ ਯੋ ਬਾਤ ਪੱਕੀ ਹੋ ਗਈ ਵੀਰਾ ਚੰਨੀ ਸਾਹਿਬ ਯੋ ਥਾਨਾ ਜਿਹੜੇ ਪੈਚ ਵਰਕ ਕਰੇ ਵੇ ਮੀਂਹ ਕੇ ਵਿੱਚ ਮਾ ਟੁੱਟ ਗਿਆ ਐਤ ਕਿ ਲੁੱਕ ਵਧੀਆ ਪਵਾ ਦਿਓ ਜੇ ਦਿੱਤ ਕੇ ਥਾਂ ਮ ਕਿਉਂਕਿ ਪਹਿਲਾ ਚਲੋ 4.5 ਸਾਲ ਪੈਚ ਵਰਕਾਂ ਬਾ ਲੋਕ ਚਲੇਗੇ ਇਨਪਾ ਆਪਣੀਆਂ ਗੱਡੀਆਂ ਚਲਾਉਂਦੇ ਰਹਿ ਪਰ ਈਬ ਮੰਨੂ ਲੱਗਦਾ ਨਹੀਂ ਪਰ ਸਾਤਾ ਬਹੁਤ ਪੈ ਰੀਆਂ ਈਬ ਯੋ ਪੈਚਵਰਕ ਟੁੱਟ ਸਗਾ। ਆਰ ਕਹਿ ਲਿਓ ਪਜਾਮੀ ਵਾਲੇ ਰੁੱਸ ਗਏ ਰੁੱਤ ਸਲਵਾਰਾਂ ਵਾਲੇ ਕੀ ਆ ਗਈ ਯੋ ਕੰਮ ਹੋ ਗਿਆ ਵੀਰ ਬੱਸ ਦਾ ਡਰਾਈਵਰ ਬਦਲ ਗਿਆ ਬੱਸ ਕੇ ਸਵਾਰੀਆਂ ਉਹੀ ਠੋਕੋ ਤਾਲੀ। ਆਰ ਬਾਕੀ ਰਹਿ ਗਏ 4 ਮਹੀਨੇ ਫਿਰ ਮਾਰ ਲਿਓ ਵੜਕਾਂ ਜਿਹੜੀਆਂ ਮਾਰਨੀਆਂ ਵੀਰ। ਇਹ ਵੀ ਤਾਂ ਕੈਪਟਨ ਸਾਹਿਬ ਨੂੰ ਵੀ ਮੌਜ ਹੋਗੀ ਜੇ ਕੱਲ ਨੂੰ ਮੰਨ ਲਿਓ ਪੰਜਾਬ ਮਾ ਕੈਪਟਨ ਅਮਰਿੰਦਰ ਦੀ ਸਰਕਾਰ ਕਾਂਗਰਸ ਸਰਕਾਰ ਹਾਰ ਜਾ ਫਿਰ ਕੱਲ ਨੂੰ ਰਾਜਾ ਵੀ ਕਹਿਣ ਜੋਗਾ ਹੋ ਜਾਏਗਾ ਵੀ ਦੇਖੋ ਜੀ ਥਾਣਾ ਸਿੱਧੂ ਲਾਇਆ ਪਰ ਤਾਂ ਤਾਂ ਹੀ ਹਾਰ ਗਏ ਮੰਨੇ ਤਾਂ ਬਹੁਤ ਕੰਮ ਕਰਿਆ ਤਾਂ ਇਹੋ ਕਹਿ ਲਓ ਵੀਰਾ ਵੀ ਇਹ ਜਿਹੜਾ ਟੋਕਰਾ ਸਾਰਾ ਸਿੱਧੂਏ ਸਿਰਪਾ ਰੱਖਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੀ ਬਾਤ ਕਰਾ ਬੁੱਧਵਾਰ ਨੂੰ ਲਾਂਚਪਾ ਬੁਲਾਏ ਐਮਪੀ আর ਐਮਐਲਏ ਨਵਜੋਤ ਸਿੱਧੂ ਨੂੰ ਨਾਕਾਮ ਮਿਲਿਆ ਸੱਦਾ ਨਹੀਂ ਦੇਇਆ ਸਿੱਧੂ ਨੂੰ ਬੁਲਾਇਆ ਨਹੀਂ ਕਹਾ ਵੀ ਜਦ ਤੱਕ ਮਾਫੀ ਨਹੀਂ ਮੰਗਦਾ ਮੈਂ ਮਿਲਦਾ ਨਹੀਂ ਸਿੱਧੂ ਨੂੰ ਆ ਰਹੀ ਸੀ ਕਰ ਕਹਿ ਲੋ ਵੀਰ ਇੱਕ ਬਾਤ ਪੱਕੀ ਵੀ ਸਿੱਧੂ ਬਾ ਐਮਐਲਏ ਐਮਪੀਆਂ ਵਾਸਤਾ ਬੜਾ ਕਰਮਾਂ ਵਾਲਾ ਯੋ ਕਹਿ ਲੋ ਕੈਪਟਨ ਅਮਰੀਂਦਰ ਸਿੰਘ ਪਹਿਲਾ ਨਾ ਕਿਸੇ ਐਮਪੀ ਨੂੰ ਮਿਲੇ ਕਰਤਾ ਨਾ ਕਿਸੇ ਐਮਐਲਏ ਨੂੰ ਲੋਕ ਕਹਿੰਦੇ ਮਿਲੇ ਮਿਲਦਾ ਹੀ ਨਹੀਂ ਜੀ ਕਾਸ ਯੋ ਕੈਪਟਨ ਤਾਂ ਬਿਜੀ ਬਹੁਤ ਰਹਾ ਚਲੋ ਇਬਾ ਸਿੱਧੂ ਨੂੰ ਪ੍ਰਧਾਨ ਲਾਤਿਆ ਘਟੋ ਘਟ ਯੋ ਕਹਿ ਲੋ ਵੀ ਕੈਪਟਨ ਅਮਰਿੰਦਰ ਸਿੰਘ ਐਲਬੈਟ ਕਾ ਇਹਨਾਂ ਦਾ ਲੰਚ ਯੋ ਤਾਂ ਕਾਰਮ ਖੁੱਲ ਗਏ ਇਨਕੇ ਵੀ ਲੰਚ ਤੋਂ ਕਰੇ ਲਾਹ ਬੈਟ ਕਾ ਮੁੱਖ ਮੰਤਰੀ ਕੇ 7 ਮਹੀਨੇ ਰਹਿ ਗਏ ਈਬ ਕੋ ਕਾਮਕਾਰ ਵੀ ਕਰ ਲਿਓ ਕਦੇ ਚਾਹ ਪਲਾਨ ਵਾਸਤਾ ਬੁਲਾ ਲਿਆ ਇਹਨਾਂ ਨੂੰ ਕਦੇ ਲੰਚ ਕਰਾਣ ਵਾਸਤਾ ਬੁਲਾ ਲਿਆ ਲੋਕ ਲਾਕਡਾਊਨ ਕੇ ਪੰਨੇ ਪੇ ਤੋੜੇ ਪੇ ਲੱਖ ਲੋਕਾਂ ਰੋਟੀ ਖਾਣ ਦੀ ਨਸੀਬ ਨਹੀਂ ਹੋ ਰਹੀ ਰੋਜ਼ ਯੋ ਦੇਖ ਲਿਓ ਸੱਤ ਭਗਵਾਨ ਖਾ ਕੇ ਆਪਣੇ ਮਿਲ ਘਰਾਂ ਚਲੇ ਜਾਂ ਹਾਂ ਅਗਲੇ ਅਰ ਸਿੱਧੂ ਕੁਸ ਕਰੇ ਨਾ ਕਰੇ ਪਰ ਕੈਪਟਨ ਅਮਰਿੰਦਰ ਸਿੰਘ ਕੀ ਬਾਤ ਕਰਾਂ ਵੀ ਕੈਪਟਨ ਅਮਰਿੰਦਰ ਸਿੰਘ ਬਾਸਤਾ ਬੜੀ ਮੁਸ਼ਕਲ ਹੋਗੀ ਕਿਉਂਕਿ ਕਾਂਗਰਸ ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਘਾਹ ਚੱਲਿਆ ਵਾ ਕਾਰਤੂਸ ਅਰ ਸਿੱਧੂ ਨੂੰ ਰਾਹੁਲ ਗਾਂਧੀ ਕਿਸੇ ਪਾਸੇ ਨੂੰ ਵੀ ਸਿੱਧਾ ਕਰ ਸਕਾ ਕਿਉਂਕਿ ਉਹ ਹਲੇ ਚਲੇਗਾ ਅਰ ਕਾਂਗਰਸ ਦਾ ਇਹ ਕਦਮ 2022 ਗਿਆ ਵੋਟਾਂ ਦੇ ਉੱਪਰ ਉਹੀ ਅਸਲਾਕਾ ਬੈਠਿਆ ਵੀ ਸਿੱਧੂ ਨੂੰ ਅੱਗਾ ਕਰ ਲੇਗੇ ਚਲੋ ਘਰ ਅਰ ਉਦਦਰ ਥਾਨੂ ਮੈਂ ਦੱਸ ਦਿਆਂ ਵੀ ਪੰਜਾਬ ਕੇ ਸੀਐਮਓ ਇਸਕੇ ਪੇਜ ਦੇ ਉੱਪਰ ਇੱਕ ਖਬਰ ਪਾਈ ਵੀ ਪਿੰਡੂਆਂ ਔਰ ਸਹਿਰੀ ਇਲਾਕਿਆਂ ਦੇ ਵਿੱਚ ਮਾਰੇ ਰੇ ਲੋਕਾਂ ਨੂੰ ਬੜਾ ਤੋਹਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਆ ਪੰਜਾਬ ਨਿਰਮਾਣ ਪ੍ਰੋਗਰਾਮ ਪੀ ਐਨ ਪੀ ਪੀ ਤਹਿਤ 658 ਕਰੋੜ ਰੁਪਏ ਦੀ ਮਨਜ਼ੂਰੀ ਯੋ ਰਾਜਾ ਸਾਹਿਬ ਨੇ ਦਿੱਤੀ ਇਸਕੇ ਗੈਲੇ ਯੋ ਖੇਡਾਂਗੇ ਕਿਟਾਂ ਔਰ 22.50 ਕਰੋੜ ਰੁਪਿਆ ਆਰ ਓਪਨ ਜਿਮਾਂ ਖਾਤਰ 30 ਕਰੋੜ ਰੁਪਿਆ ਆਰ ਮੈਲਾ ਮੰਡਲ ਵਾਸਤਾ 7 ਕਰੋੜ ਰੁਪਏ ਦੀ ਪ੍ਰਵਾਨਗੀ ਕਰਤੀ ਚਲੋ ਸ਼ੁਕਰ ਹੈ ਇਹ ਐਲਾਨ ਹੁਣੇ ਸ਼ੁਰੂ ਹੋਏ ਸਿੱਧੂ ਪ੍ਰਧਾਨ ਬਣਿਆ ਤਾਂ ਜਾ ਕਾ ਯੋ ਕੰਮ ਹੋਇਆ ਨਹੀਂ ਤੋ ਵੀਰ ਯੋ ਬਾਪੂ ਗਰਦਾਸ ਬਾਦਲ ਦਾ ਛੋਕਰਾ ਯੋਹੀ ਕਹਿ ਕਰਦਾ ਕਹਾ ਵੀਰ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਚਲੋ ਇਹ ਖਜ਼ਾਨੇ ਵਿੱਚ ਦੋ ਪੈਸੇ ਆ ਗਏ ਅਗਲੇ ਤਾਂ ਹੀ ਵੱਢਣ ਲੱਗ ਰਹੇ ਨਹੀਂ ਵੀਰ ਜੇ ਪੈਸੇ ਨਹੀਂ ਅਗਲੇ ਫਿਰ ਬੰਡੇਗੇ ਵੀ ਕਿਤਰਾ ਥਾਹੀਂ ਕਹਿ ਲੋ ਵੀਰਾ ਭਾਗ ਖੁੱਲ ਗਿਆ ਚੰਗੀ ਬਾਤ ਪੰਜਾਬ ਕੇ ਪਾ ਖੁੱਲਨੇ ਚਾਹੀਦੀ ਲਾਡਾ ਡਿਸਕਸਨ ਡੀ ਪ੍ਰੋਗਰਾਮ ਕੇ ਵਿੱਚ ਵਾ ਬੀਰਾ ਈਵ ਲਿਆ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੇ ਬਾਅਦ ਅਗਲੀ ਗੱਲਬਾਤ થਾਰੇ ਗਾ ਇਸ ਤਰੀ ਚੱਲਦੀ ਰਹੇਗੀ ਆਰ ਥਾਣਾ ਕਿਸੇ ਪਾਸੇ ਜਾਣਾ ਨਹੀਂ ਆਰ ਨਮੀਆਂ ਗੱਲਾਂ ਆਰ ਨਵੇਂ ਬਾਤਾਂ थारे ਗੱਲ ਫੇਰ ਕਰਾਂਗੇ ਪਰ ਇਸ ਤੇ ਪਹਿਲਾਂ ਲਿਆ ਆਪਾਂ ਇੱਕ ਛੋਟਾ ਜਿਹਾ ਬ੍ਰੇਕ